See?
ਏਸੀ ਰੂਮ ਵਿੱਚ ਵੀ ਜਲ ਰਿਹਾ ਹੈ
ਸਰਦੀਆਂ ਦੀਆਂ ਉਹ ਮੱਧ ਦੀਆਂ ਰਾਤਾਂ ਵਿੱਚ ਵੀ ਜਾਗਦੇ ਹੈ। ਹਿਮਾਲਿਆ ਪਰਬਤ ਦੀ ਚੋਟੀ ਤੇ ਨਿਵਾਸ ਕਰਕੇ ਵੀ ਜਾਗਦੇ ਹੈ। ਘਰ ਬਣਾ ਲਿਆ ਮਨ ਫਿਰ ਵੀ ਜਲ ਰਿਹਾ, ਰੁੱਤਾਂ ਬਦਲ ਰਹੀਆਂ ਨੇ ਮਨ ਫਿਰ ਵੀ ਜਲ ਰਿਹਾ। ਗੁਰੂ ਕਹਿੰਦੇ ਨੇ ਮੈਂ ਇਸ ਸੰਸਾਰ ਦੇ ਮੰਚ ਤੇ ਉਹ ਦ੍ਰਿਸ਼ ਵੀ ਦੇਖ ਰਹੇ ਹਾਂ ਜਿਹੜਾ ਦਿਨ ਰਾਤ ਜਲ ਰਿਹਾ। ਦੂਜੇ ਪਾਸੇ ਦੂਜਾ ਦ੍ਰਿਸ਼ ਉਹ ਤਾਂ ਹਿਮਾਲਿਆ ਵਿੱਚ ਬੈਠਾ ਜਲ ਰਿਹਾ ਹੈ, ਉਹ ਤਾਂ ਪੋਹ ਮੰਗਦੀਆਂ ਰਾਤਾਂ ਨੂੰ ਜਲ ਰਿਹਾ ਹੈ।
ਪਰ ਦੂਜੇ ਪਾਸੇ ਵਿਸ਼ ਹੈ ਤੱਤੀਆਂ ਲੋਹਾਂ ਦੇ ਵੀ ਨਹੀਂ ਚੱਲ ਰਿਹਾ। ਜੇਠਾਣ ਦੀਆਂ ਦੁਪਹਿਰਾਂ ਵਿੱਚ ਵੀ ਨਹੀਂ ਚੱਲ ਰਿਹਾ। ਨਿਰੀਆਂ ਕਹਾਣੀਆਂ ਤੇ ਬਲੀਵ ਨਹੀਂ ਕਰਦਾ। ਦੁਖਾਂ ਤੇ ਹੀ ਸਾਡੀ ਕੌਮ ਦਾ ਇਹੋ ਐਸੀ ਕਹਾਣੀਆਂ ਵਿੱਚ ਉਲਝ ਗਏ। ਕਹਾਣੀਆਂ ਮਨੁੱਖਾਂ ਨੇ ਲਿਖੀਆਂ, ਇਤਿਹਾਸ ਬੜੀ ਦੇਰ ਬਾਅਦ ਮੁੱਦਤਾਂ ਬਾਅਦ ਵੀ ਲਿਖਿਆ ਗਿਆ। ਪਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਉਹ ਗੁਰੂ ਨੇ ਆਪ ਬਖਸ਼ਿਸ਼ ਕਰਕੇ ਲਿਖੀ। ਇਸ ਲਈ ਉਹਨਾਂ ਕਹਾਣੀਆਂ ਵਿੱਚ ਅੰਤਰ ਹੈ। ਅੱਜ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਸਾਖੀਆਂ ਵਿੱਚੋਂ ਪੜ੍ਹੋ, ਤੁਹਾਨੂੰ ਹਰ ਇੱਕ ਇਤਿਹਾਸਕਾਰ ਦੀ ਲਿਖਤ ਵੱਖਰੀ ਦਿਸੇਗੀ। ਸੰਮਤ ਦਾ ਵੀ ਫਰਕ ਪੈ ਜਾਂਦਾ ਹੈ। ਸੰਮਤ ਦਾ ਵੀ ਫਰਕ ਪੈ ਜਾਂਦਾ। ਮਹਿਮਾ ਪ੍ਰਕਾਸ਼ ਵਾਲਾ 1662 ਲਿਖਦਾ, ਸੂਰਜ ਪ੍ਰਕਾਸ਼ ਵਾਲਾ 1663 ਲਿਖਦਾ। ਸੂਰਜ ਪ੍ਰਕਾਸ਼ ਵਾਲਾ ਭਾਈ ਸੰਤੋਖ ਸਿੰਘ ਲਿਖਦਾ ਕਿ ਗੁਰੂ ਸਾਹਿਬ 3 ਦਿਨ ਚੰਦੂ ਦੇ, 3 ਰਾਤਾਂ ਚੰਦੂ ਦੇ ਕਬਜ਼ੇ ਵਿੱਚ ਰਹੇ। ਇੱਕ ਦਿਨ ਉਬਲਦੀ ਦੇਗ ਵਿੱਚ ਉਬਾਲਿਆ, ਦੂਜੇ ਦਿਨ ਗਰਮ ਰੇਤੇ ਸੀਸ ਤੇ ਪਾਇਆ, ਤੀਜੇ ਦਿਨ ਤੱਤੀਆਂ ਲੋਹਾਂ ਤੇ ਬਿਠਾਇਆ। ਉਸ ਤੋਂ ਬਾਅਦ ਚੌਥੇ ਦਿਨ ਜਦੋਂ ਦਿਨ ਚੜਿਆ ਤੇ ਕਹਿਣ ਲੱਗਾ, ਹੇ ਅਰਜਨ ਦੇਵ, ਜੇ ਤੂੰ ਮੇਰੀ ਗੱਲ ਮੇਰੀਆਂ ਸ਼ਰਤਾਂ ਨਹੀਂ ਮੰਨਦਾ, ਲੈ ਹੁਣ ਮੈਂ ਤੇਰੇ ਅੱਜ ਗਊ ਦੇ ਚਮੜੇ ਵਿੱਚ ਸਿਲਾਈ ਕਰਕੇ ਕੈਦ ਕਰਾਂ, ਮਰ ਦਿਆ। ਸਤਿਗੁਰੂ ਇਸ ਗੱਲ ਨੂੰ ਮਹਿਸੂਸ ਕਰਦੇ, ਕਹਿਣ ਲੱਗੇ ਪਹਿਲਾਂ ਮੈਨੂੰ ਰਾਵੀ ਨਦੀ ਤੇ ਇਸ਼ਨਾਨ ਕਰ ਆਉਣ ਦੇ, ਫਿਰ ਜੋ ਮਰਜ਼ੀ ਕਰ ਲੈ। ਸੂਰਜ ਪ੍ਰਕਾਸ਼ ਵਾਲਾ ਲਿਖਦਾ, ਮੈਂ ਸਿਰਫ ਕੇਵਲ ਐਗਜ਼ਾਮਪਲ ਦੇ ਕੇ ਅੱਗੇ ਜਾਣਾ ਚਾਹੁੰਦਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਬਹੁਤ ਨੇੜੇ ਦੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਕੁਝ ਸੱਚਾਈ ਲੱਭਣੀ ਪੈਗੀ। ਅਨੇਕਾਂ ਸਵਾਲ ਖੜੇ ਹੋ ਜਾਣਗੇ। ਅੱਜ ਕੱਲ੍ਹ ਲੌਜਿਕਤਾ ਨੂੰ ਪਛਾਣਨ ਵਾਲਾ ਜ਼ਮਾਨਾ ਹੈ। ਹੁਣ ਬੱਚੇ ਪੜ੍ਹੇ ਲਿਖੇ ਅੱਜ ਦੀ ਸਰੀਰਕ ਸਾਇੰਸ ਨੂੰ ਵੀ ਜਾਣਨ ਵਾਲੇ ਪੁੱਛਦੇ ਨੇ ਕਿ ਉਬਲ ਦੀ ਦੇਗ ਵਿੱਚ ਰਾਤ ਭਰ ਉਬਲਣ ਤੋਂ ਬਾਅਦ ਕੋਈ ਸਰੀਰ ਦੂਜੇ ਦਿਨ ਕੰਮ ਜੋਗਾ ਰਹਿ ਜਾਂਦਾ, ਗੱਲ ਕਰਨ ਜੋਗਾ ਰਹਿ ਜਾਂਦਾ, ਤੇ ਦੂਜੇ ਦਿਨ ਗਰਮ ਰਾਤਾਂ ਰੇਤੇ ਸੀਸ ਤੇ ਪੈਂਦੇ ਰਹੇ ਹੋਣ, ਤੀਜੇ ਦਿਨ ਤੱਤੀਆਂ ਲੋਹਾਂ ਤੇ ਸਰੀਰ ਬਿਠਾਇਆ ਜਾਂਦਾ ਹੋਵੇ, ਫਿਰ ਚੌਥੇ ਦਿਨ ਸਵੇਰੇ ਪੁੱਛਿਆ ਜਾਏ ਕਿ ਤੈਨੂੰ ਗਊ ਦੇ ਚਮੜੇ ਵਿੱਚ ਮਰ ਦੇਣਾ ਤੇ ਕਹਿਣ ਮੈਨੂੰ ਇਸ਼ਨਾਨ ਕਰ ਆਉਣ। ਭਲਾ ਇਹ ਸਰੀਰ ਦੀ ਲੌਜਿਕ ਹੈ? ਸਰੀਰ ਤੋਂ ਸਰੀਰ ਗੁਰੂ ਨੇ ਕੁਛ ਵੀ ਅਨਲੋਜਿਕ ਨਹੀਂ ਕੀਤਾ। ਕਰਮ ਅਸੀਂ ਲੇਕਿਨ ਹਰ ਗੱਲ ਨੂੰ ਕਰਮ ਅਧਰੀ ਲੈ ਕੇ ਗਏ, ਹੁਣ ਤਾਂ ਨਤੀਜਾ ਹੀ ਨਿਕਲਦਾ ਹੈ। ਪਰ ਉੱਥੇ ਲਿਖਦੇ ਚੌਥੇ ਦਿਨ ਵੀ ਜਦੋਂ ਆਖਿਆ ਵੀ ਇਹ ਮੈਂ ਇਸ਼ਨਾਨ ਕਰਨਾ, ਮਨ ਦੇ ਸੋਚਿਆ ਵੀ ਹੁਣ ਦੇ ਸਰੀਰ ਤਾਂ ਸਾਰਾ ਛਾਲਿਆਂ ਨਾਲ ਭਰਿਆ ਹੋਇਆ, ਉਬਲਿਆ ਹੋਇਆ, ਜੇ ਠੰਡੇ ਪਾਣੀ ਵਿੱਚ ਨਹਾਏਗਾ ਹੋਰ ਦੁਖੀ ਹੋ। ਇਸ ਖਿਆਲ ਨੂੰ ਚੰਦੂ ਨੇ ਆਖਿਆ ਜਾਓ ਇਸ਼ਨਾਨ ਕਰ, ਨਾਲ ਆਪਣੇ ਸਿਪਾਹੀ ਭੇਜੇ। ਸਿੱਖ ਜਿਹੜੇ ਨਾਲ ਕੈਦ ਕੀਤੇ ਹੋਏ ਸਨ ਉਹ ਵੀ ਗਏ। ਸਤਿਗੁਰੂ ਨੇ ਰਾਵੀ ਨਦੀ ਵਿੱਚ ਖਲੋ ਕੇ ਜਪਜੀ ਸਾਹਿਬ ਦਾ ਪਾਠ ਸੂਰਜ ਪ੍ਰਕਾਸ਼ ਵਾਲਾ ਲਿਖ ਕੇ ਪਾਠ ਕੀਤਾ। ਉਸ ਤੋਂ ਬਾਦ ਉੱਥੇ ਹੀ ਸਰੀਰ ਤਿਆਗ ਦਿੱਤਾ। ਸਿੱਖਾਂ ਨੂੰ ਆਖਿਆ ਮੇਰਾ ਸੰਸਕਾਰ ਨਹੀਂ ਕਰਨਾ, ਜਲ ਪ੍ਰਵਾਹ ਕਰਨਾ। ਸੂਰਜ ਪ੍ਰਕਾਸ਼ ਵਾਲੇ ਲਿਖਦਾ ਸਰੀਰ ਜਲ ਪ੍ਰਵਾਹ ਹੋ ਗਿਆ, ਪਰ
ਮੈਂ ਮਾ ਪ੍ਰਕਾਸ਼ ਜਿਹੜਾ ਉਸ ਤੋਂ ਵੀ ਪਹਿਲਾਂ ਪੈ ਦੇਖੋ ਸਾਖੀ ਘਰ ਵੱਖ ਵੱਖ ਹੈ ਹੁਣ ਤੁਸੀਂ ਕਿਹਦੀ ਗੱਲ ਮੈਨੂੰ ਕਰਨੀ ਸਾਖੀ ਘਰ ਲਿਖਦਾ ਕਿ ਸਤਿਗੁਰੂ ਨੇ ਉਹਨਾਂ ਦੁੱਖਾਂ ਤਸੀਆਂ ਵਿੱਚ ਸਰੀਰ ਕਰਕੇ ਆਤਮਾ ਪ੍ਰਵਾਨ ਹੈ ਮਨ ਹੋਰ ਕੀ ਹੈ ਸਰੀਰ ਹੋਰ ਕੀ ਹੈ ਗੁਰਬਾਣੀ ਪੜ੍ਹੋ ਉਹਦੇ ਵਿੱਚ ਮਨ ਦੀ ਅਵਸਥਾ ਮਨ ਦੇ ਸੰਸਕਾਰ ਵੱਖਰੇ ਵਿਖਾਏ ਨੇ ਤਨ ਦੇ ਵੱਖਰੇ ਵਿਖਾਏ ਹੁਣੇ ਦੋ ਲਾਈਨਾਂ ਆਈਆਂ ਨੇ ਜਿਹਦੇ ਵਿੱਚ ਗੱਲ ਮਨ ਦੀ ਹੈ ਮਨ ਦੀ ਵੱਖ ਵੱਖ ਅਵਸਥਾ ਵੀ ਨਾਲ ਰੱਖੀ ਦੂਜੇ ਵਿੱਚ ਕਹਿੰਦੇ ਨੇ ਮਨ ਸ਼ੀਤਲ ਹੋਵਾ ਮੇਰੇ ਪਿਆਰੇ ਮਨ ਸ਼ੀਤਲ ਹੋਵਾ ਮੇਰੇ ਪਿਆਰੇ ਹਰ ਬੂੰਦ ਪੀਵੇ ਹਰੀ ਦੇ ਨਾਮ ਰੂਪੀ ਬੂੰਦ ਪੀਣ ਨਾਲ ਮਨ ਸ਼ੀਤਲ ਹੁੰਦਾ ਹੁਣ ਗੁਰੂ ਅਰਜਨ ਪਾਤਸ਼ਾਹ ਜੀ ਦੀ ਜਿੰਨੀ ਰਚਨਾ ਬਾਣੀ ਉੱਥੇ ਜਿੱਥੇ ਮਨ ਨਾਲ ਬੂੰਦ ਦਾ ਸੰਬੰਧ ਹੋਇਆ ਤੁਸੀਂ ਸਮਨ ਸਰਸੀ ਕਮਣੀ ਚਰਨ ਕਮਲ ਸੁਖਿਆ ਮਨ ਤਨ ਦੱਤਾ ਸਚ ਰੰਗ ਇੱਕੋ ਨਾਮ ਵਿਖਿਆ ਰੰਗ ਉਡਾਵਿਆ ਬਿਸ ਦਿਸਣ ਸਭੇ ਛਾਤ ਅਗਲੀ ਲਾਈਨ ਪੜੋ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਮਨ ਸ਼ੀਤਲ ਹੋਆ ਮੇਰੇ ਪਿਆਰੇ ਨਾਮ ਦਾ ਸੰਬੰਧ ਮਨ ਨਾਲ ਹੈ ਤਨ ਨਾਲ ਨਹੀਂ ਮੁੱਖੋ ਹਾਰਿਆ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੇ ਕਰ ਸੰਬੰਧ ਮਨ ਨਾਲ ਹੈ ਤਨ ਜਲ ਰਿਹਾ ਹੈ ਮਨ ਸ਼ੀਤਲ ਬੜਾ ਸਪਸ਼ਟ ਕਰ ਰਹੇ ਨੇ ਸਿੱਖਾਂ ਨੇ ਉਹ ਸਰੀਰ ਪ੍ਰਾਪਤ ਕਰ ਲਿਆ ਤੇ ਬਕਾਇਦਾ ਵਿਗਾਨ ਬਣਾ ਕੇ ਉਠਾ ਕੇ ਰਾਵੀ ਦੇ ਕੰਢੇ ਲਾਇਆ ਹੈ ਉੱਥੇ ਚਿਖਾ ਚੜੀ ਕੇ ਸੰਸਕਾਰ ਦੋਵਾਂ ਦਾ ਇਤਿਹਾਸ ਵੱਖ ਹੋ ਗਿਆ ਸੰਸਕਾਰ ਨਹੀਂ ਕੀਤਾ ਬਲਕਿ ਹੁਕਮ ਕਰਤਾ ਸੰਸਕਾਰ ਨਹੀਂ ਕਰਨਾ ਮਹਿਮਾ ਪ੍ਰਕਾਸ਼ ਵਾਲਾ ਲਿਖਦਾ ਬਕਾਇਦਾ ਲਿਆ ਕੇ ਰਾਵੀ ਦੇ ਕੰਢੇ ਚਿਖਾ ਚਿਨ ਕੇ ਸੰਸਕਾਰ ਕੀਤਾ ਇਤਿਹਾਸ ਕਰਨ ਸਾਖੀ ਕਰਨ ਤਿੰਨ ਦਿਨ ਬੜਾ ਤਿੰਨ ਹੁਣ ਜ਼ਰਾ ਅਸੀਂ ਭਾਈ ਗੁਰਦਾਸ ਕੋਲੋਂ ਪੁੱਛੀਏ ਉੱਥੋਂ ਦੇ ਸਭ ਤੋਂ ਨੇੜੇ ਇਹ ਸਾਰੇ ਬਾਅਦ ਵਿੱਚ ਹੋਏ ਨੇ ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਦਾ ਸਮਕਾਲੀ ਉਹਦੇ ਜੀਵਨ ਕਾਲ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਇਸ ਲਈ ਜਿੰਨਾ ਜ਼ਿਆਦਾ ਸੱਚਾਈ ਦੇ ਨੇੜੇ ਭਾਈ ਗੁਰਦਾਸ ਪਹੁੰਚ ਸਕਦਾ ਉਹਨੂੰ ਕੋਈ ਇਤਿਹਾਸਕਾਰ ਨਹੀਂ ਪਹੁੰਚ ਸਕਦਾ ਭਾਈ ਗੁਰਦਾਸ ਨੇ ਇੱਕ ਪੌੜੀ ਚ ਜ਼ਿਕਰ ਕੀਤਾ ਉਹਦੀਆਂ ਕੁਛ ਲਾਈਨਾਂ ਸਮਝਣ ਵਾਲੀ ਭਾਈ ਸਾਹਿਬ ਕਹਿੰਦੇ ਜੋਤਾ ਬਿਨਾਸ਼ੀ ਹੈ
ਹਾਂ ਇਹ ਗੱਲ ਵੱਖਰੀ ਹੈ ਕਿ ਤਨ ਵੀ ਮਨੁੱਖ ਨੂੰ ਸਭ ਤੋਂ ਪਿਆਰਾ ਹੈ। ਮਨੁੱਖ ਜੋ ਕੁਝ ਵੀ ਕਰ ਰਿਹਾ ਉਹ ਸਾਰੀ ਜ਼ਿੰਦਗੀ ਤਨ ਦੀ ਸੰਭਾਲ ਵੀ ਕਰ ਰਿਹਾ, ਤਨ ਦੇ ਜਾਣ ਤੋਂ ਡਰਦਾ ਹੈ, ਮਰਨ ਤੋਂ ਡਰਦਾ ਹੈ ਤਨ ਤੱਕ, ਕਿਉਂਕਿ ਮਨੁੱਖ ਨੂੰ ਤਨ ਸਭ ਤੋਂ ਪਿਆਰਾ ਲੱਗਦਾ ਹੈ। ਤੇ ਜਿਹੜਾ ਜੀਵ, ਜਿਹੜਾ ਮਨੁੱਖ ਤਨ ਕੁਰਬਾਨ ਕਰ ਸਕਦਾ ਹੋਵੇ, ਤਨ ਦੀ ਪਰਵਾਹ ਨਾ ਕਰੇ, ਤਨ ਅਭਿਆਸ ਤੋਂ ਉੱਚਾ ਉੱਠੇ, ਉਹ ਵੱਡੀ ਕੁਰਬਾਨੀ। ਦੁਨੀਆਂ ਤਨ ਸੰਭਾਲ ਰਹੀ ਹੈ ਦਿਨ ਰਾਤ, ਅਚਨੀਆਂ ਮੈਡੀਕਲ ਸਿਸਟਮ ਬਣੇ ਨੇ, ਜਿੰਨੇ ਡਾਕਟਰ ਹੋਸਪਿਟਲ, ਜਿੰਨਾ ਮਨੁੱਖ ਦੇ ਸਾਧਨ ਬਣੇ ਨੇ, ਸਾਰੇ ਤਨ ਨੂੰ ਸੰਭਾਲ ਸੰਭਾਲ ਰੱਖਣ ਲਈ। ਤੇ ਜੇ ਕੋਈ ਤਨ ਨੂੰ ਭੇਟ ਕਰ ਸਕਦਾ ਹੋਵੇ, ਤਨ ਦੀ ਪਰਵਾਹ ਨਾ ਕਰੇ, ਕੁਰਬਾਨ ਕਰ ਸਕਦਾ ਹੋਵੇ, ਤੇ ਇਸ ਤੋਂ ਵੱਡੀ ਹੋਰ ਕੁਰਬਾਨੀ ਕੀ ਹੋ ਸਕਦੀ। ਗੁਰੂ ਨੇ ਤਨ ਕੁਰਬਾਨ ਕੀਤਾ, ਗੁਰੂ ਦੇ ਤਨ ਦੀ ਸ਼ਹੀਦੀ ਹੈ, ਗੁਰੂ ਦੇ ਗੁਰੂ ਜੋਤ ਜਿਹੜੀ ਕਦੀ ਜਾਂਦੀ ਨੇ। ਇੱਥੇ ਭਾਈ ਸਾਹਿਬ ਨੇ ਇੱਕ ਖਿਆਲ ਦਿੱਤਾ, ਕਹਿੰਦੇ ਨੇ ਸਪਸ਼ਟ ਹੋ ਜਾਂਦਾ। ਕਹਿੰਦੇ ਸ਼ਬਦ ਸੁਣਨ ਲਿਵ ਮਿਰਗ ਜਿਉ, ਭੀੜ ਪਈ ਚਿਤ ਅਵਰ ਨਾਣੀ। ਕਹਿੰਦੇ ਨੇ ਸ਼ਬਦ ਨਾਲ ਸੁਰਤ ਦਾ ਇਉਂ ਮੇਲ ਹੈ, ਇਉਂ ਲਿਵ ਲੱਗੀ ਹੋਈ ਸੀ ਜਿਵੇਂ ਮਿਰਗ ਦੀ ਹੁੰਦੀ ਹੈ। ਮਿਰਗ ਕੰਢੇ ਹੇੜੇ ਦੀ ਸ਼ਬਦ ਨਾਲ ਲਿਵ ਲਾਉਂਦਾ ਤੇ ਸ਼ਿਕਾਰੀ ਸਾਹਮਣੇ ਉਹ ਤੀਰ ਚਲਾਉਂਦਾ, ਉਹ ਤੀਰ ਸੀਨੇ ਵਿੱਚ ਵੱਜਦਾ, ਪਰ ਸਰੀਰ ਦੀ ਪਰਵਾਹ ਨਹੀਂ ਮਿਰਗ ਨੂੰ, ਉਹ ਫਿਰ ਵੀ ਉਸੇ ਪਾਸੇ ਦੌੜਿਆ ਜਾਂਦਾ ਜਿੱਧਰੋਂ ਉਹ ਸ਼ਬਦ ਆਉਂਦਾ। ਐਗਜ਼ਾਮਪਲ ਕਿੰਨੀ ਖੂਬਸੂਰਤ ਹੈ। ਐਸਾ ਕਹਿੰਦੇ ਨੇ ਮਿਰਗ ਦੀ ਆਦਤ ਹੈ, ਉਹਦਾ ਸੁਭਾਅ ਹੈ, ਉਹ ਸ਼ਬਦ ਨਾਲ ਜੁੜਿਆ ਹੋਇਆ, ਕੰਢੇ ਹੇੜੇ ਦੇ ਸ਼ਬਦ ਨਾਲ। ਸ਼ਿਕਾਰੀ ਨੂੰ ਕੰਢੇ ਹੇੜੇ ਦਾ ਸ਼ਬਦ ਆਵਾਜ਼ ਪੈਦਾ ਕੀਤੀ, ਮਿਰਗ ਉਸੇ ਪਾਸੇ ਮੂੰਹ ਕਰਕੇ ਦੌੜ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੋਰ ਵੀ ਥਾਵਾਂ ਤੇ ਬਹੁਤ ਸਾਰੀ ਐਗਜ਼ਾਮਪਲ ਹੈ। ਸਨਮੁਖ ਸਹੇ ਬਾਣ, ਸਨਮੁਖ ਸਹੇ ਬਾਣ, ਸਨਮੁਖ ਹੋ ਕੇ ਤੀਰ ਸਿੰਧ ਹੈ। ਸਰੀਰ ਭੀੜ ਪਈ ਜਦੋਂ ਦੁੱਖ ਸਾਹਮਣੇ ਆਏ, ਭੀੜ ਪਈ ਔਕੜਾਂ ਆਈਆਂ ਜੀਵਨ ਲਈ, ਚਿੱਤ ਅਵਰ ਨਾ ਆਣੀ। ਕਹਿਣ ਲੱਗੇ ਉਦੋਂ ਚਿੱਤ ਵਿੱਚ ਕੋਈ ਹੋਰ ਖਿਆਲ ਨਹੀਂ ਆਇਆ, ਸ਼ਬਦ ਨਾਲ, ਬਾਣੀ ਨਾਲ, ਉਸ ਸਿਮਰਨ ਨਾਲ ਲਿਵ ਲੱਗੀ ਰਹੀ। ਅਗਲੀ ਲਾਈਨ ਹੋਰ ਸਪਸ਼ਟ ਕਰਨੀ ਚਾਹੀਦੀ, ਹੋਰ ਗੱਲ ਚਰਨ ਕਮਲ ਮਿਲ ਭਵਰ ਜਾਓ। ਚਰਨ ਕਮਲਾਂ ਨਾਲ ਇਉਂ ਜੁੜੇ ਹੋਏ ਸਨ ਮਨ ਨੂੰ ਭਵਰ ਦੀ ਤਰ੍ਹਾਂ। ਮੈਂ ਇੱਕ ਲਫ਼ਜ਼ ਵੀ ਹੋਰ ਸਪਸ਼ਟ ਕਰਨਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਜਿਹਨੂੰ ਅਸੀਂ ਆਮ ਕਰਕੇ ਬੱਚਿਆਂ ਦੇ ਜਨਮ ਦਿਨ ਤੇ ਪੜ੍ਹਨੇ, ਉਹ ਤਾਂ ਮਾਤਾ ਕੀ ਅਸੀਂ ਸੀ ਅੰਮ੍ਰਿਤ
सुधार्थ जी वो का सिमरत अंत अनंता रंग तमाशा पूर्ण आशा कबे न व्यापे चिंता अगली रंग की पवर तुम्हारा यह मन को ख्याल गुरुजन साहब देव हुए किंतु ने तेरा मन पारा हो जाए ते हरि चरण जेड़े ने वो कमल फूल बन जाए नानक दास उन संग लपटायो जो बूंदे चातरक मौना शब्द से भी हुए चरण कमल मिल पवर जी रब दे प्रभु दे हरि दे चरण कमला मिच मन जेड़ा एक पवर वांगू लिपटिया हुए बैठा हुए उन्हां नू उसने कमल फुल बना ले हर चरण हुए कौला बना ले हुण अगला लफ्ज जेड़ा है वो समझ ले है संपट पवन दा ते कमल फुल दा उनका इतिहास की है कि कमल फुल खिड़दा है पवरा उन दे ते जान कुर्बान करता है सारा दिन बैठा रहता है छड़ के नहीं जाता शाम पैदियां ने कमल फुल दे खंभ मिटते जाते ने वो विच कैद हो जाते हैं पर त्यागदा नहीं संपट संपट किनू कहते हैं संपट का अर्थ है किसी ऐसी चीज विच कबर हो जाना जिंदे तो बाद ला कोई असर ना रहे कबर हो जाना संपट कर संपट के हर क्योंकि उस श्री गुरु ग्रंथ साहब की बाणी के किसी शब्द को अपने किसी मर्जी नाल निश्चित किए हुए शब्द के घेर लेते हैं इधर भी आ शब्द पढ़ांगा इधर भी आ पढ़ांगा विच आ शब्द आएगा भाव दोवे पासों तो वह शब्द जिहड़ा संपट होते संपट का अर्थ है कवर कर लेना कवर हो जाए वो क्योंकि अपनी मर्जी दे शब्द नाल किसे शब्द नूं कवर कर दे ने इसलिए इंदा नाम संपट होता है ताई वो आखदे ने लो जी संपट पाठ हो रहे तो संपट दा अर्थ है कवर करना हुण इत्थे भी भाई साहब ने होला फल वरते ने कहिंदे ने मैं देखदा कि आ अर्जन पातशाह जी का मन भगड़ा होकर हरी चरण कमलों को कमल समझ के लिपट गया लिपट गया ते यो संपट विच होके यो उनके प्रभु के नाम चरण कमलों में कवर हो गया है ते सारे हुण दुख कोई भी अंदर दा बाहर दा किसी किस्म का असर अंदाज नहीं हो रहा क्योंकि कवर क्यों हो गया कोई तत्तियां लोहां दा दुख कोई गर्म रेतियां दा दुख कोई उबलदे जल दा दुख कोई असर अंदाजी नहीं क्योंकि कवर कर लिया गया ते कहने लगे इस तरह कवर हो के गुरु अर्जन पातशाह जी दे नाम विच बाणी विच शीतलता विच प्रभु सिमरन विच प्रभु चरण कमल नाल जुड़ के कवर हो के गुरु अर्जन पातशाह जी दे सुखा में रात बीती सिर्फ एक रात दस कर भाई साहब की उड़लाइन पढ़ चरण कमल मिल सुख संपट विच रहन
ਨਾਮ ਜਿਹੜਾ ਹੈ ਉਹ ਸੁੱਖ ਹੈ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਸੁਖਮਣੀ ਸਾਹਿਬ ਯਾਰਾਂ ਵਿੱਚ ਵੀ ਇਹ ਗੱਲ ਕਹੀ ਸੀ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਨਾਮ ਵਿੱਚ ਸੰਪਟ ਹੋ ਕੇ ਕਵਰ ਹੋ ਕੇ ਗੁਰੂ ਅਰਜਨ ਪਾਤਸ਼ਾਹ ਤੱਤੀਆਂ ਲੋਹਾਂ ਤੇ ਬੈਠੇ ਨੇ, ਪਰ ਸੇਕ ਨਹੀਂ ਲੱਗਿਆ ਮਣ ਨੂੰ ਲੋਈ ਸੇਕ ਨਹੀਂ। ਇਹ ਸੁੱਖਾਂ ਨਾਲ ਇੱਕ ਰਾਤ ਦਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਤੇ ਕਹਿੰਦੇ ਨੇ ਸੁੱਖ ਸੰਪਟ ਵਿੱਚ ਰਹਿਣ ਬਿਹਾਨੇ, ਕਿਉਂਕਿ ਗੁਰੂ ਹੈ ਜੋਤ ਤੇ ਜੋਤ ਰਹੀ ਹੈ ਸੀਤਲ, ਉਹ ਸੁੱਖਾਂ ਵਿੱਚ ਸੰਪਟ ਹੋ ਗਈ, ਤੱਤੀਆਂ ਲੋਹਾਂ ਵੀ ਰਹੀਆਂ, ਬਲਦੀ ਅੱਗ ਵੀ ਰਹੀ, ਗਰਮ ਰੇਤੇ ਵੀ ਰਹੇ, ਉਬਲੀਆਂ ਦੇਗਾਂ ਵੀ ਰਹੀਆਂ, ਉਹ ਇਤਿਹਾਸ ਦਾ ਜ਼ਿਕਰ ਹੈ। ਪਰ ਗੁਰੂ ਜਿਹੜਾ ਹੈ ਉਹ ਸੁੱਖ ਸੰਪਟ ਵਿੱਚ ਰਹਿਣ ਬਿਹਾਨੀ ਹੋ ਗਿਆ। ਤੇ ਇਸ ਸ਼ਬਦ ਵਿੱਚ ਗੁਰੂ ਕਹਿੰਦੇ ਨੇ ਜਦੋਂ ਮੈਂ ਸੰਸਾਰ ਦੇ ਮੰਚ ਤੇ ਦੇਖਣਾ, ਕੁਛ ਲੋਕ ਤੜਪ ਰਹੇ ਨੇ, ਤੜਪ ਰਹੇ ਨੇ, ਬਲਕਿ ਮੈਂ ਹੁਣ ਤੇ ਉਦੋਂ ਵੀ ਹੈਰਾਨ ਹਾਂ। ਤੱਤੀਆਂ ਲੋਹਾਂ ਤੇ ਜਲਣਾ, ਗਰਮ ਰੇਤਿਆਂ ਵਿੱਚ ਜਲਣਾ, ਅੱਗ ਵਿੱਚ ਜਲਣਾ, ਕਿਤੇ ਰਿਹਾ ਹੁਣ ਤੇ ਮੈਂ ਉਹ ਲੋਕ ਵੀ ਦੇਖਣਾ ਜਿਹਦਾ ਜ਼ਿਕਰ ਬਾਣੀ ਵਿੱਚ ਆ ਗਿਆ ਕਿ ਸੱਚ ਨਾਲ ਵੀ ਲੋਕ ਜਲ ਰਹੇ ਹੈ, ਸੱਚ ਨਾਲ ਵੀ ਲੋਕਾਂ ਨੂੰ ਅੱਗ ਲੱਗ ਜਾਂਦੀ ਹੈ। ਹਿੱਸਾ ਮੇਰਾ ਨੀ ਗੁਰਬਾਣੀ ਦਾ, ਸਤਿਗੁਰੂ ਕਹਿੰਦੇ ਨੇ ਜੇ ਕੋ ਬੋਲੇ ਸੱਚ ਸੱਚ ਨਹੀਂ ਸੁਣ ਸਕਦੇ। ਰੋਜ਼ ਤੋਂ ਮੇਰੇ ਜੀਵਨ ਵਿੱਚ ਇਹਨਾਂ ਲੋਕਾਂ ਦੇ ਦਰਸ਼ਨ ਹੁੰਦੇ ਨੇ ਜਿਹੜੇ ਸੱਚ ਨਹੀਂ ਸੁਣ ਸਕਦੇ, ਉਹਨਾਂ ਨੂੰ ਸੱਚ ਵੀ ਆਗੂ ਵਾਂਗੂ ਲੱਗਦਾ ਹੈ, ਸੱਚ ਵੀ ਇੱਕ ਚੰਗਿਆਰੀ ਵਾਂਗੂ ਲੱਗਦਾ ਹੈ, ਸੱਚ ਨਾਲ ਵੀ ਉਹ ਜਲ ਜਾਂਦੇ ਨੇ। ਤੱਪਦੀਆਂ ਕਿਸੇ ਗੱਲਾਂ ਨਾਲ, ਤੱਪਦੇ ਹੋਏ ਸਾਧਨਾ ਨਾਲ ਜਲਦਾ ਕਿਸੇ ਨੂੰ ਦੇਖਿਆ ਜਾਏ ਤੇ ਲੋਕ ਮੰਨ ਲੈਣ, ਪਰ ਕਿੰਨੀ ਅਜੀਬ ਗੱਲ ਹੈ, ਅੱਜ ਤਾਂ ਸੱਚ ਨਾਲ ਵੀ ਜਲਦੇ ਹੋਏ ਲੋਕ ਦੇਖੇ ਜਾ ਰਹੇ। ਇਹਨਾਂ ਜਲਣ ਵਾਲੇ ਲੋਕਾਂ ਕੋਲ ਜੇ ਸ਼ੀਤਲਤਾ ਦੀ ਲੋੜ ਮਹਿਸੂਸ ਹੋਵੇ ਤਾਂ ਉਹਦਾ ਫੈਸਲਾ ਗੁਰੂ ਨੇ ਇਸੇ ਲਈ ਅਗਲੀ ਲਾਈਨ ਵਿੱਚ ਕਰ ਦਿੱਤਾ। ਕਹਿਣ ਲੱਗੇ ਜੇ ਉਹਨਾਂ ਨੂੰ ਭਰਾ ਸ਼ੀਤਲ ਗੁਰੂ ਮਿਲ ਜਾਏ ਜਿਹੜਾ ਤੱਤੀਆਂ ਲੋਹਾਂ ਤੇ ਵੀ ਨਾ ਚਲੇ, ਜਿਹੜਾ ਗਰਮ ਰੇਤਿਆਂ ਨਾਲ ਵੀ ਨਾ ਚਲੇ, ਜਿਹੜਾ ਉਬਲਦੀ ਦੇਗ ਵਿੱਚ ਵੀ ਨਾ ਚਲੇ, ਉਹਨੂੰ ਇਸ ਤਰ੍ਹਾਂ ਮਨ ਨਾਮ ਵਿੱਚ ਚਰਨ ਕਮਲ ਵਿੱਚ ਸੰਪਟ ਕਰਕੇ ਰੱਖਣ ਦਾ ਸੁਭਾਅ ਬਣ ਜਾਏ, ਫਿਰ ਉਹ ਕਦੀ ਵੀ ਨਹੀਂ ਚਲੇਗਾ। ਫੈਸਲਾ ਗੁਰਬਾਣੀ ਦਾ ਗੁਰੂ ਕਹਿੰਦਾ ਸਤਿਗੁਰ Thank you.
मंच दे उस हिस्से विच खड़ा होना है जेडे हिमालिया ते भी जल रहे ने, जिन्हां दी झोली जल नहीं पिया है वो सच नाल भी जल जाते ने। जां उस मंच ते खड़ा होना है जिथे तत्तियां लोहां भी नहीं जला सकदियां, गर्म रेते भी नहीं जला सकदे, उबलदियां देगां भी नहीं जला सकदियां, बल्कि उन्हां दी हालत नाम सच्चाई नाल इत्थों तक जुड़दी है। जिवें भाई साहब ने आखिया, चरण कमल मिल भवर ज्यों सुख संपट विच रहण पिया। इसलिए जीवन दी रात सुख संपट विच बीत जाए ये मंग करो, जीवन दी रात सुख संपट विच बीत जाए ये मंग करो, ताकि गुरु अर्जन पातशाह जी दी शहीदी दा तन दी शहीदी दा दिन मनाया सफल हो जाए। इन्हां शब्दां नाल कबां दा जाचकां फतेह बुलाओ। वाहिगुरु जी का खालसा, वाहिगुरु जी की फतेह।